ਸਤਿਕਾਲ ਜੀ ਪੰਗੂ ਫਾਰਮ ਸੰਘੇੜਾ ਚੈਨਲ ਦੇਖ ਰਹੇ ਸਾਰੇ ਵੀਰਾਂ ਸਵਾਗਤ ਇਹਨਾਂ ਦਾ ਲੈ ਕੇ ਆਇਆ ਐਚ ਐਮ ਦੀ ਅਨਾਟਕਾ ਨੇ ਵੀਡੀਓ ਅਤੇ ਟਰੈਕਟਰ ਆ ਵੀਰੇ ਏ ਟੂ ਜੈੱਡ ਪ੍ਰੋਪਰ ਕੰਮ ਕੀਤਾ ਗਾ ਸਾਰਾ ਹੀ ਜਿੰਨਾ ਵੀ ਕੰਮ ਹੈਗਾ ਮਕੈਨਿਕ ਕੰਮ ਤੋਂ ਲੈ ਕੇ ਵੀਰੇ ਪੇਂਟ ਜੋਬ ਤੱਕ ਸਾਰਾ ਕੰਮ ਪ੍ਰੋਪਰ ਕੀਤਾ ਗਾ ਬਾਈ ਅਤੇ ਇੰਜਨ ਡੀ ਏ ਕੀਤਾ ਵੀਰੇ 75 ਐਚ ਪੀ ਦਾ ਅਤੇ ਪਾਵਰ ਸਟੇਅਰਿੰਗ ਐਡ ਕੀਤਾ 'ਚ ਆਪਣਾ ਬਾਈ ਅਤੇ ਬਰੇਕਾਂ ਵਗੈਰਾ ਵੀਰੇ ਜਿਵੇਂ ਇਜਰਾਂ ਹੁੰਦੇ ਉਦਾਂ ਹੀ ਰੱਖੀਆਂ ਨੇ ਅਤੇ ਬਾਕੀ ਆ ਪੈਰਦਾਨ ਅਤੇ ਕਲੱਚ ਪੈਡਲ ਵਗੈਰਾ ਪੈਰ ਕਲੱਚ ਪੈਡਲ ਸਵਰਾਜ ਆ ਲੱਗ ਗਏ ਬਈ ਬਾਕੀ ਪੈਰਦਾਨਾ ਬਣਾ ਕੇ ਲੱਗਿਆ ਇਹ ਅਤੇ ਟੈਂਕੀ ਨਵੀਂ ਲੱਗ ਗਈ ਸੋ ਨੂੰ ਉੱਚਾ ਚੱਕਿਆ ਬਈ ਕਿਉਂਕਿ ਮਗਰੇ ਦੇ ਆਪਾਂ 18-30 ਦੇ ਟਾਇਰ ਪਾਏ ਆ ਅਤੇ ਅੱਗੇ 19-17 ਦੇ ਅਤੇ ਤਾਰ ਕੇ ਟਰੈਕਟਰ ਆਮ ਟਰੈਕਟਰਾਂ ਨਾਟਕਾਂ ਨਾਲੋਂ ਕਾਫੀ ਉੱਚਾ ਲੱਗ ਰਿਹਾ ਹੈਗਾ ਅਤੇ ਮਗਰਾਟ ਵੀ ਉੱਚੇ ਹੋਇਆ ਗਏ ਅਤੇ ਬਾਕੀ ਆ ਸਾਥੀ ਵਗੈਰਾ ਸਾਰੀ ਇਹ ਉੱਚੀ ਕਰਕੇ ਲੱਗੀ ਹੋਈ ਆ ਡੈੱਕ ਵਗੈਰਾ ਅਤੇ 4 ਬੂਫਰ ਦੇ ਵਿੱਚ ਅਤੇ ਬਾਕੀ ਸਪੀਕਰ ਹੋ ਗਏ ਆਹ ਸਪੀਕਰ ਹੋ ਗਏ ਅਤੇ ਉੱਪਰ ਆਹ ਗੱਡੀ ਵਾਲੀ ਸਕਰੀਨ ਆ ਅਤੇ ਸਾਰਾ ਹੀ ਕੰਮ ਵੀਰੇ ਟਰੈਕਟਰ ਦਾ ਪੂਰਾ ਵਧੀਆ ਕੀਤਾ ਗਿਆ ਅਤੇ ਟਾਇਰਾਂ ਦੇ ਵਿੱਚ ਸਟੀਲ ਦੇ ਸਪਿਨਰ ਬਾਈ ਬਾਈਆਂ ਦੀ ਡਿਮਾਂਡ ਸੀ ਵੀ ਇਹ ਪਾਉਣੇ ਹੈਗੇ ਅਤੇ ਸਟੀਲ ਦੇ ਲਾਇਆ ਗਿਆ ਵੀਰੇ ਕੋਈ ਐਵੇਂ ਨਿਕਲ ਵਗੈਰਾ ਲੈਣੀ ਹੈਗੇ ਪਿਓਰ ਸਟੀਲ ਆ ਵੀ ਮਤਲਬ ਕਿ ਇਹਨਾਂ ਜੰਗਾਲ ਵਗੈਰਾ ਪੈਂਦੀ ਅਤੇ ਚਮਕ ਹੀ ਨਹੀਂ ਰਹੂ ਇਹਨਾਂ ਦੀ ਅਤੇ ਟਰੈਕਟਰ ਬਈ 1997 ਮਾਡਲ ਆ ਅਤੇ ਜਾਣਾ ਟਰੈਕਟਰ ਨੇ ਕਨੇਡਾ ਜੇ ਤੁਸੀਂ ਵੀ ਆਪਣਾ ਟਰੈਕਟਰ ਬਈ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ 97-810-82-220 ਬਰਨਾਲੇ ਕੋਲ ਪਿੰਡ ਆ ਵੀਰੇ ਸੰਘੇੜਾ ਭੰਗੂ ਫਾਰਮ ਸੰਘੇੜਾ ਅਤੇ ਵਿੱਚ ਚੈਨਲ ਵੀਰੇ ਆਪਣੇ ਬਣੇ ਹੋਏ ਹੈਗੇ ਇੰਸਟਾਗ੍ਰਾਮ ਯੂਟਿਊਬ ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਫੋਲੋ ਅਤੇ ਲੈ ਕੇ ਆਉਂਦੇ ਹਾਂ ਇੱਦਾਂ ਦੀ ਵੀਡੀਓ ਅਤੇ ਬਾਕੀ ਆਪਣੇ ਚੈਨਲ 'ਤੇ ਸਾਰੀ ਮਤਲਬ ਫੋਲੋ ਡਿਟੇਲ 'ਚ ਵੀਡੀਓ ਵੀਰੇ ਇੰਸਟਾਗ੍ਰਾਮ ਚੈਨਲ 'ਤੇ ਹੋਊਗੀ ਬਈ ਸਾਰਾ ਜਿੱਦਾਂ ਵੀ ਕੰਮ ਹੁੰਦਾ ਟਰੈਕਟਰ ਦਾ ਇੰਜਨ ਦਾ ਮਕੈਨਿਕ ਵਰਕ ਅਤੇ ਪੇਂਟ ਜੋਬ ਦਾ ਸਾਰਾ ਮਤਲਬ ਇਕੱਲੀ ਇਕੱਲੀ ਵੀਡੀਓ ਤੁਹਾਨੂੰ ਡਿਟੇਲ 'ਚ ਮਿਲੂ ਬਈ ਅਤੇ ਬਾਕੀ ਆ ਫੋਟੋ ਦੀ ਵੀਡੀਓ ਲੈ ਕੇ ਆਵਾਂਗੇ ਇਦੂ ਬਾਅਦ ਅਤੇ ਧੰਨਵਾਦ ਵੀ ਜਿੰਨਾ ਜਿਹੜੇ ਵੀਰ ਵੀਡੀਓ ਦੇਖ ਰਹੇ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਨਵੇਂ ਜੁੜੇ ਆ ਅਤੇ ਲੈ ਕੇ ਆਉਂਦੇ ਰਹਾਂਗੇ ਇੱਦਾਂ ਦੀਆਂ ਵੀਡੀਓ ਧੰਨਵਾਦ ਜੀ।